ਪਿੰਡ ਦੀ ਨੂੰਹ ਆਪਣੇ ਬੱਚੇ ਨਾਲ ਪ੍ਰੇਮੀ ਨਾਲ ਫਰਾਰ ਹੋਈ ਤਾਂ ਮੁਕਤਸਰ ਦੇ ਪਿੰਡ ਵੱਟੂ ਦੀ ਪੰਚਾਇਤ ਨੇ ਇੱਕ ਨਾਦਰ ਸ਼ਾਹੀ ਫਰਮਾਨ ਸੁਣਾ ਦਿੱਤਾ। ਇਸ ਦੀ ਬਕਾਇਦਾ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਵੀ ਕਰਵਾਈ ਗਈ। ਪਿੰਡ ਵਾਲਿਆਂ ਨੇ ਗੁਰਦੁਆਰੇ ਵਿੱਚ ਇਕੱਠੇ ਹੋ ਕੇ ਮਤਾ ਪਾਸ ਕੀਤਾ ਕਿ ਪਿਆਰ ਕਰਨ ਵਾਲਿਆਂ ਅਤੇ ਉਹਨਾਂ ਦੇ ਮਾਪਿਆਂ ਦੇ ਬਾਈਕਾਟ ਦੇ ਨਾਲ ਨਾਲ ਪ੍ਰੇਮੀ ਜੋੜਿਆਂ ਦਾ ਕਿਸੇ ਵੀ ਤਰ੍ਹਾਂ ਦਾ ਸਰੀਰਕ ਨੁਕਸਾਨ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ। ਮਤਾ ਪਾਸ ਕਰਨ ਦੀ ਵਾਇਰਲ ਵੀਡੀਓ ਅਨੁਸਾਰ ਗ੍ਰੰਥੀ ਸਿੰਘ ਮਤਾ ਪੜ੍ਹ ਕੇ ਸੁਣਾਉਂਦੇ ਨੇ ਕਿ ਜੇਕਰ ਪਿੰਡ ਦਾ ਕੋਈ ਮੁੰਡਾ ਜਾਂ ਕੁੜੀ ਪ੍ਰੇਮ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰੇਗਾ ਜਾਂ ਫਿਰ ਵਿਆਹ ਕਰਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਪ੍ਰੇਮੀ ਜੋੜੇ ਨੂੰ ਸਾਥ ਦੇਣ ਵਾਲੇ ਦੋਹਾਂ ਪਰਿਵਾਰਾਂ ਦਾ ਪਿੰਡਾਂ ਵੱਲੋਂ ਪੂਰੇ ਤੌਰ ਤੇ ਬਾਈਕਾਟ ਕੀਤਾ ਜਾਵੇਗਾ। ਜਿਹੜੀ ਘਰੇ ਬੈਠੀ ਏ ਉਹ ਵੀ ਸੁਣ ਲੈਣ, ਜੋ ਸਾਰੇ ਨਗਰ ਦੀ ਸੰਗਤ ਨੇ ਗੁਰਦੁਆਰਾ ਸਾਹਿਬ ਜੋ ਫੈਸਲਾ ਕੀਤਾ, ਮੈਂ ਤੇ ਬਹੁਤ ਧੰਨਵਾਦੀ ਆ। ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਸੰਗਤ ਨੂੰ ਪ੍ਰੇਰਨਾ ਕਰਕੇ ਆਪਣੇ ਚਰਨਾਂ 'ਚ ਬੁਲਾਇਆ ਏ। ਉਸ ਉਪਰੰਤ ਬਹੁਤ ਧੰਨਵਾਦ ਬੀਬੀਆਂ, ਬੱਚੀਆਂ, ਭੈਣਾਂ, ਮਾਤਾਵਾਂ ਦਾ ਵੀ, ਵੀਰ ਬੱਚੇ ਬਜ਼ੁਰਗਾਂ ਦਾ ਵੀ, ਨਗਰ ਪੰਚਾਇਤ ਦਾ ਵੀ, ਜਿਹੜੇ ਇੱਕ ਮੁੱਠ ਹੋ ਕੇ ਅੱਜ ਪਾਤਸ਼ਾਹ ਦੇ ਚਰਨਾਂ 'ਚ ਬੈਠ ਕੇ ਫੈਸਲਾ ਕੀਤਾ ਏ। ਇੱਕ ਇੱਕ ਮਤਾ ਜਿਹੜਾ ਏ ਉਹ ਲਿਖਿਆ ਗਿਆ ਏ, ਪੜ੍ਹ ਕੇ ਸੁਣਾ ਰਹੇ ਹਾਂ। ਜਿਨ੍ਹਾਂ ਨੂੰ ਪ੍ਰਮਾਣ ਨਾ ਹੋਵੇ ਉਹ ਉੱਠ ਕੇ ਬਾਹਰ ਚਲੇ ਜਾਣ, ਜੇ ਪ੍ਰਮਾਣ ਹੋਵੇ ਸਾਰੀ ਸੰਗਤ ਨੂੰ ਹੱਥ ਖੜੇ ਕਰਕੇ ਜਲਕਾਰੇ ਦਾ ਜਵਾਬ ਦਿਆ ਜੇ। ਅੱਜ ਮਿਤੀ 13/5/2019 ਦਿਨ ਸੋਮਵਾਰ, ਪਿੰਡ ਵੱਟੂ ਦੇ ਗੁਰਦੁਆਰਾ ਦੁੱਖ ਨਿਵਾਰਨ ਸ੍ਰੀ ਕਲਗੀਧਰ ਸਾਹਿਬ ਵਿਖੇ, ਪਿੰਡ ਵੱਟੂ ਦੇ ਸਾਰੇ ਨਗਰ ਦੀ ਸੰਗਤ ਅਤੇ ਨਗਰ ਪੰਚਾਇਤ ਇਕੱਤਰ ਹੋਈ ਪਾਤਸ਼ਾਹ ਦੇ ਚਰਨਾਂ ਵਿੱਚ, ਜਿਸ ਵਿੱਚ ਅਹਿਮ ਫੈਸਲਾ ਸਰਬਸੰਮਤੀ ਨਾਲ ਇਹ ਕੀਤਾ ਗਿਆ ਹੈ ਕਿ ਜੇਕਰ ਕੋਈ ਮੁੰਡਾ ਜਾਂ ਕੁੜੀ ਪਿੰਡ ਵਿੱਚ ਹੀ ਪ੍ਰੇਮ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰੇਗਾ ਜਾਂ ਵਿਆਹ ਕਰਾਉਣ ਦੀ ਕੋਸ਼ਿਸ਼ ਕਰੇਗਾ, ਇਸ ਵਿੱਚ ਉਸ ਲੜਕੀ ਲੜਕੇ ਦੇ ਮਾਂ ਬਾਪ ਜੇ ਉਹਨਾਂ ਦਾ ਸਾਥ ਦਿੰਦੇ ਨੇ ਤੇ ਉਹਨਾਂ ਨੂੰ ਵੀ ਦੋਸ਼ੀ ਮੰਨਿਆ ਜਾਵੇਗਾ ਅਤੇ ਉਹਨਾਂ ਦੋਨਾਂ ਪਰਿਵਾਰਾਂ ਦਾ ਪਿੰਡ ਵੱਲੋਂ ਸੰਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ। ਜੇ ਸਾਰੀ ਸੰਗਤ ਨੂੰ ਇਹ ਫੈਸਲਾ ਪ੍ਰਵਾਨ ਏ ਤੇ ਜਲਕਾਰੇ ਦਾ ਜਵਾਬ ਹੱਥ ਖੜੇ ਕਰਕੇ ਦਿਆ ਜੇ, ਬੋਲੇ ਨਾਲ ਫੈਸਲਾ ਕੀਤਾ ਗਿਆ ਏ ਕਿ ਜਿਸ ਘਰ ਦਾ ਲੜਕੀ ਲੜਕਾ ਜਾਂ ਉਹਨਾਂ ਦੇ ਮਾਂ ਬਾਪ ਇਹੋ ਜਿਹਾ ਕੰਮ ਕਰਨਗੇ ਉਹਨਾਂ ਦੀ ਸਮੁੱਚੀ ਸਾਰੀ ਦੀ ਸਾਰੀ ਜ਼ਮੀਨ ਜਾਇਦਾਦ, ਉਹਨਾਂ ਦਾ ਘਰ ਬਾਰ ਕੋਈ ਵੀ ਠੇਕੇ 'ਤੇ ਨਹੀਂ ਲਵੇਗਾ ਅਤੇ ਨਾ ਹੀ ਕੋਈ ਬੰਦਾ ਉਹਨਾਂ ਨੂੰ ਸਾਥ ਦੇਵੇਗਾ। ਜਿਸ ਤੀਸਰੇ ਨੰਬਰ 'ਤੇ ਫੈਸਲਾ ਕੀਤਾ ਗਿਆ ਏ, ਜੇਕਰ ਕੋਈ ਵੀ ਲੜਕੀ ਲੜਕਾ ਮਾਂ ਦਾ ਮਾੜਾ ਕਦਮ ਚੁੱਕਦਾ ਏ, ਉਸਦਾ ਮਾਂ ਪਿਓ
ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਉਹਨਾਂ ਦੇ ਮਾਤਾ ਪਿਤਾ ਦੇ ਸਮਝਾਉਣ ਦੌਰਾਨ ਵੀ ਉਹ ਲੜਕੀ ਲੜਕਾ ਨਹੀਂ ਸਮਝਦੇ। ਉਹਨਾਂ ਦੇ ਮਾਂ ਪਿਓ ਉਸ ਲੜਕੀ ਲੜਕੇ ਨੂੰ ਜੋ ਮਰਜ਼ੀ ਕਰ ਦੇਣ, ਨੁਕਸਾਨ ਉਹਨਾਂ ਦਾ, ਸਾਰਾ ਪਿੰਡ ਜਿੰਨੀ ਸੰਗਤ ਬੈਠੇ ਨੇ ਇੱਕ ਮੁੱਠ ਹੋ ਕੇ ਉਹਨਾਂ ਦੇ ਮਾਤਾ ਪਿਤਾ ਦਾ ਸਾਥ ਦੇਵੇਗਾ। ਜੇ ਸਭ ਨੂੰ ਇਹ ਮਤਾ ਪ੍ਰਵਾਨ ਹੈ, ਜਨਕਾਰੀ ਦਾ ਜਵਾਬ ਸਾਰੀ ਸੰਗਤ ਦੇਵੇ, ਬੋਲੋ ਸੋਨਾ। ਨੰਬਰ 4 ਤੇ ਫੈਸਲਾ ਕੀਤਾ ਗਿਆ ਹੈ ਸਾਰੇ ਨਗਰ ਦੀ ਸੰਗਤ ਤੇ ਸਮੁੱਚੀ ਪੰਚਾਇਤ ਵੱਲੋਂ, ਜਿਹੜਾ ਵੀ ਲੜਕੀ ਲੜਕਾ ਮਾੜਾ ਕਦਮ ਚੁੱਕਦਾ ਹੈ, ਉਹਨਾਂ ਦੇ ਮਾਤਾ ਪਿਤਾ ਬੱਚਿਆਂ ਦਾ ਜੇ ਸਾਥ ਦਿੰਦੇ ਨੇ, ਨਗਰ ਪੰਚਾਇਤ ਸਾਰੇ ਨਗਰ ਦੀ ਸੰਗਤ ਅੱਜ ਫੈਸਲਾ ਕਰ ਰਹੀ ਹੈ, ਉਹਨਾਂ ਨੂੰ ਕਿਸੇ ਵੀ ਕੋਰਟ ਕਚਹਿਰੀ ਵਿੱਚ ਜਾਂ ਤਹਿਸੀਲੇ ਜਾ ਕੇ ਕਿਸੇ ਨੰਬਰਦਾਰ, ਕਿਸੇ ਮੈਂਬਰ, ਕਿਸੇ ਸਰਪੰਚ ਦੀ ਲੋੜ ਪੈਂਦੀ ਹੈ। ਕੋਈ ਵੀ ਨੰਬਰਦਾਰ, ਮੈਂਬਰ ਪੰਚਾਇਤ ਜਾਂ ਸਰਪੰਚ, ਉਹਨਾਂ ਦੇ ਨਾਲ ਜਾ ਕੇ ਕਿਸੇ ਵੀ ਕੋਰਟ ਕਚਹਿਰੀ ਵਿੱਚ ਕੋਈ ਦਸਤਖਤ ਨਹੀਂ ਕਰੇਗਾ। ਇਸ ਵਾਸਤੇ ਨਗਰ ਪੰਚਾਇਤ ਨੂੰ ਬੇਨਤੀ ਦੇ ਇਹ ਮਤਾ ਪ੍ਰਵਾਨ ਹੈ। ਹੱਥ ਖੜੇ ਕਰਕੇ ਸਾਰੇ ਜਵਾਬ ਦੇ, ਬੋਲੇ ਨੰਬਰ 5 ਤੇ ਇੱਕ ਫੈਸਲਾ ਹੋਰ ਕੀਤਾ ਗਿਆ ਹੈ, ਜੇਕਰ ਪਾਸੇ ਨੂੰ ਕੋਈ ਮੁੰਡਾ ਜਾਂ ਲੜਕੀ ਮਾੜੀ ਹਰਕਤ ਕਰਕੇ ਪਿੰਡ ਵਿੱਚ ਆ ਕੇ ਰਹਿੰਦਾ ਹੈ ਤਾਂ ਉਹਨਾਂ ਨੂੰ ਪਨਾਹ ਦਿੰਦਾ ਹੈ, ਤੇ ਉਹਨਾਂ ਦੇ ਉਲਟ ਪਿੰਡ ਵੱਲੋਂ ਸਾਰੀ ਸੰਗਤ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਨਾਹ ਦੇਣ ਵਾਲੇ ਨੂੰ ਵੀ ਬਰਾਬਰ ਦਾ ਦੋਸ਼ੀ ਮੰਨਿਆ ਜਾਵੇਗਾ। ਜੇ ਇਹ ਮਤਾ ਪ੍ਰਵਾਨ ਹੈ ਸਾਰੀ ਸੰਗਤ, ਮਤੇ ਦਾ ਜਵਾਬ ਜਨਕਾਰ ਵਿੱਚ ਦਿਓ, ਬੋਲੇ ਸੋਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਭ ਸੰਮਤੀ ਨਾਲ ਮਤੇ ਪ੍ਰਵਾਨ ਹੋਏ ਨੇ, ਸਾਰੀ ਸੰਗਤ ਇਹਨਾਂ ਤੇ ਦਸਖਤ ਕਰੇਗੀ। ਇਸ ਤੋਂ ਬਾਅਦ ਜੇ ਕੋਈ ਹੋਰ ਵਿਚਾਰ ਕਿਸੇ ਨੇ ਲਿਖਾਉਣੀ ਹੋਵੇ ਉਹ ਲਿਖਾ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪੂਰੇ ਮਾਮਲੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਪਿੰਡ ਵੱਟੂ ਦੀ ਕਨੋ ਆਪਣੇ ਛੋਟੇ ਬੱਚੇ ਸਮੇਤ ਪਿੰਡ ਦੇ ਹੀ ਮੁੰਡੇ ਨਾਲ ਫਰਾਰ ਹੋ ਗਈ ਸੀ ਅਤੇ ਇਸੇ ਤੋਂ ਪਿੰਡ ਵਾਸੀ ਖਫਾ ਨੇ। ਜਦਕਿ ਦੂਜੇ ਪਾਸੇ ਪਿੰਡ ਵੱਟੂ ਦੀ ਸਰਪੰਚ ਲਵਜੀਤ ਕੌਰ ਦੇ ਮੁਤਾਬਕ ਪੰਚਾਇਤ ਨੇ ਪ੍ਰੇਮੀ ਜੋੜਿਆਂ ਖਿਲਾਫ਼ ਕੋਈ ਮਤਾ ਪਾਸ ਨਹੀਂ ਕੀਤਾ ਅਤੇ ਨਾ ਹੀ ਅਜਿਹਾ ਮਤਾ ਪੰਚਾਇਤ ਦੇ ਲੈਟਰ ਪੈਡ ਤੇ ਲਿਖਿਆ ਗਿਆ ਅਤੇ ਨਾ ਹੀ ਦਸਤਖਤ ਹੋਏ ਨੇ। ਇਹ ਫੈਸਲਾ ਗੁਰਦੁਆਰਾ ਕਮੇਟੀ ਅਤੇ ਪਿੰਡ ਵਾਸੀਆਂ ਦਾ। ਮੁਕਤਸਰ ਸਾਹਿਬ ਤੋਂ ਏਐਸ ਸ਼ਾਂਤ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਦਿਲ ਤੇ ਛਾਪੀ ਫਿਰਦਾ ਤੇਰਾ ਨਾਮ ਵਟਿਆਰੇ ਨੀ, ਕੱਲ ਰਾਤੀ ਮੈਂ ਲਿਖਤਾ ਤੇਰਾ ਨਾਮ ਬਨੇਰੇ ਤੇ, ਮੁੰਡਾ ਦਿਲ ਤੇ ਛਾਪੀ ਬੈਠਾ ਤੇਰਾ ਨਾਮ ਵਟਿਆਰੇ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563 92563।